ਵੈਲਕਮ ਬੈਕ ਸਾਰਿਆਂ ਦਾ ਫਿਰ ਸਵਾਗਤ ਹੈ ਔਰ ਇੱਕ ਵਾਰੀ ਫਿਰ ਰਿਮਾਈਂਡਰ ਕੱਲ ਦੇ ਟੌਪਿਕ ਦਾ ਤਿੰਨ ਚੀਜ਼ਾਂ ਆਪਣੇ ਇੰਟੀਮੇਟਲੀ ਪਾਰਟਨਰ ਦੇ ਨਾਲ ਸਪਾਊਸ ਚਾਈਲਡ ਮਦਰ ਫਾਦਰ ਕੋਈ ਵੀ ਜਿਹੜੇ ਤੁਹਾਡੇ ਨਾਲ ਰਹਿੰਦੇ ਆ ਸਿਬਲਿੰਗਸ ਕਿਸੇ ਬਾਰੇ ਵੀ ਦੱਸ ਸਕਦੇ ਹੋ ਐਂਡ ਇੱਕ ਹੋਰ ਐਡੀਸ਼ਨ ਕਰਦਾ ਜਿਹੜੇ ਬੰਦੇ ਸਿੰਗਲ ਰਹਿੰਦੇ ਆ ਇਕੱਲੇ ਰਹਿੰਦੇ ਆ ਉਹ ਆਪਣੇ ਬਾਰੇ ਵੀ ਜ਼ਰੂਰ ਦੱਸ ਸਕਦੇ ਆ ਕਹਿੰਦੇ ਹੋਮੇ ਦੀਰਘ ਰੋਗ ਹੈ ਦਾਰੂ ਵੀ ਇਸ ਮਾਹੀ ਸੋ ਆਪਣੇ ਆਪ ਨੂੰ ਉੱਪਰ ਵੀ ਅਪਲਿਫਟ ਕਰਨਾ ਬੜਾ ਜ਼ਰੂਰੀ ਹੈ ਆਪਣੀ ਵਾਰੀਆਂ ਚੰਗੀਆਂ ਗੱਲਾਂ ਵੀ ਯਾਦ ਕਰਨਾ ਬੜਾ ਜ਼ਰੂਰੀ ਹੈ ਇਸ ਪਿੱਛੇ ਜ਼ਰੂਰ ਉਹ ਵੀ ਕਰ ਸਕਦੇ ਹੈ ਸੋ ਇੱਕ ਬੰਦੇ ਨੂੰ ਚੂਜ਼ ਕਰਕੇ ਉਹਦੇ ਬਾਰੇ ਤਿੰਨ ਪੁਆਇੰਟ ਵਾਈਜ਼ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਅਸੀਂ ਕੱਲ੍ਹ ਕਾਲਸ ਲੈ ਸਕੀਏ ਕਮਿੰਗ ਬੈਕ ਟੂ ਟੂਡੇਜ਼ ਟੌਪਿਕ ਹੋਰ ਕਾਲ ਲੈਂਦੇ ਹਾਂ ਅੱਜ ਕੀ ਕਹਿ ਰਹੇ ਨੇ ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗਿਆਨ ਸਿੰਘ ਜੀ ਕੀ ਕਹਿੰਦੇ ਹੋ ਮੈਂ ਤਾਂ ਕਹੂੰਗਾ ਮੁੰਡਾ ਗਲਤ ਹੈ ਜੀ ਠੀਕ ਹੈ ਕਿਉਂ ਗਲਤ ਹੈ ਦੱਸੋ ਇਹਨੂੰ ਗਲਤ ਇਸ ਕਰਕੇ ਵੀ ਉਹ ਮਾਂ ਤੋਂ ਹਿਸਾਬ ਮੰਗਦਾ ਹੈ ਮਾਂ ਨੇ ਉਹਨੂੰ ਪਾਲਿਆ ਪੋਸਿਆ ਕੀਤਾ ਵੱਡਾ ਹੁਣ ਕਮਾਈ ਕਰੇ ਆਪਣਾ ਜੀ ਠੀਕ ਹੈ ਤੇ ਕੁਝ ਕਾਰੋਬਾਰ ਕਰਨਾ ਤਾਂ ਕਰੇ ਤੇ ਮਾਂ ਨੂੰ ਸਿੱਟਿਆ ਥੋੜੀ ਹੁੰਦਾ ਮਾਂ ਪਿਓ ਦਾ ਕੁਛ ਕੁਝ ਦੇਵੇ ਜਿੱਦਾਂ ਧੱਕੇ ਨਾਲ ਉਹ ਮੰਗਦਾ ਜੋ ਮੈਂ ਸੁਣਿਆ ਜੋ ਭੈਣ ਨੂੰ ਦੇਣਾ ਉਹ ਦੇ ਦੇਵੇ ਜੋ ਮੈਨੂੰ ਦੇਣਾ ਮੈਨੂੰ ਹੁਣ ਇਹ ਦੱਸੋ ਵੀ ਉਹਦੇ ਬਾਪ ਸਿਰ ਤੇ ਨੀ ਹੈਗਾ ਇਕੱਲੀ ਆ ਮਾਂ ਉਹਦੀ ਠੀਕ ਨਹੀਂ ਹੁਣ ਉਹਨੂੰ ਮਾਂ ਨੂੰ ਕੀ ਭਰੋਸਾ ਵੀ ਕੱਲ ਨੂੰ ਮੇਰਾ ਤੂੰ ਕੀ ਕਰੇਗਾ ਤੂੰ ਕੀ ਦੇਖੇਗਾ ਨੀ ਦੇਖੇਗਾ ਉਹ ਕਿਉਂ ਦੇਵੇ ਹੱਥ ਵੱਢ ਕੇ ਬਿਲਕੁਲ ਬਿਲਕੁਲ ਹੈ ਜੀ ਆਪਣਾ ਜਿੱਦਾਂ ਹੁਣ ਹਿੱਸਾ ਮੰਗਦਾ ਕਿਹੜੀ ਗੱਲ ਤੇ ਮੰਗਦਾ ਜੇ ਪ੍ਰੋਪਰਟੀਆਂ ਹੈਗੀਆਂ ਤੇ ਉਹਨੂੰ ਪਤਾ ਹੀ ਹੋਊਗਾ ਵੀ ਕਿੱਥੇ ਕਿਹੜੀ ਪ੍ਰੋਪਰਟੀਆਂ ਪਈਆਂ ਹੈ ਚਲੋ ਜੇ ਕੋਈ ਪੈਸਾ ਵੀ ਪਿਆ ਤੇ ਚਲੋ ਉਹਦਾ ਪਤਾ ਆਖਰ ਤਾਂ ਇਹਦਾ ਹੀ ਆ ਪੈਸਾ ਖਰਾਬ ਹੈ ਆਪਣੇ ਆਪ ਤੇ ਭਰੋਸਾ ਨਹੀਂ ਹੈ ਪਰ ਅਸੀਂ ਬੜੀ ਵਾਰੀ ਸੁਣਿਆ ਕਿ ਚੰਗੇ ਚੰਗੇ ਬੰਦਿਆਂ ਨੇ ਜਦੋਂ ਮਤਲਬ ਹੋ ਗਿਆ ਕਿ ਹਾਂ ਇੰਨਾ ਹੀ ਹੈ ਫਿਰ ਭਾਵੇਂ ਕਿਸੇ ਦੀ ਵੀ ਗੱਲਾਂ ਚ ਆ ਕੇ ਜਾਂ ਆਪਣੀ ਖੁਦਗਰਜ਼ੀ ਦੇ ਵਿੱਚ ਪੇਰੈਂਟਸ ਨੂੰ ਇੱਕ ਪਾਸੇ ਲਾਤਾ ਸਿਆਣੇ ਕਹਿੰਦੇ ਹੱਥ ਨੀ ਵੱਢ ਕੇ ਦੇ ਦੇ ਜਦ ਤੱਕ ਜੀਂਦੇ ਆ ਕੋਲ ਰੱਖੋ ਆਪਣਾ ਅਖੀਰੀ ਉਹਦਾ ਹੀ ਆ ਜੀ ਅਖੀਰੀ ਉਹਦਾ ਹੀ ਆ ਉਹਨੂੰ ਉਹ ਹੱਕ ਉਹ ਕਿੱਦਾਂ ਮੰਗ ਸਕਦਾ ਆਪਣਾ ਹੱਕ ਮਾਂ ਸਹੀ ਆ ਮਾਂ ਕਿਹੜੇ ਭਰੋਸੇ ਕਰੇ ਠੀਕ ਨਹੀਂ ਜੀ ਇਸ ਕਰਕੇ ਮੁੰਡਾ ਇੱਥੇ ਗਲਤ ਆ ਦੇਖੋ ਜਿਹੜੀ ਧੀ ਨੂੰ ਦੇਣ ਦੀ ਗੱਲ ਕਰਦਾ ਧੀ ਨੂੰ ਤਾਂ ਤਿੰਨ ਪੀੜ੍ਹੀਆਂ ਦਿੰਦੇ ਆਪਾਂ ਆਪਣੇ ਕਲਚਰ ਦੇ ਵਿੱਚ ਉਹਦੇ ਨਿਆਣਿਆਂ ਦੇ ਕੱਲ੍ਹ ਨੂੰ ਵਿਆਹ ਕਰਨੇ ਆ ਉਦੋਂ ਗਾਹ ਕਰਨੇ ਆ ਉਹਦੀਆਂ ਦੁੱਖ ਸੁੱਖ ਚ ਭਾਈ ਵਾਲਾ ਉਹ ਤਾਂ ਖਰਚੇ ਹੁੰਦੇ ਆ ਜਦ ਤੇ ਮਾਂ ਪੇ ਜੀਂਦੇ ਆ ਮਾਂ ਪੇ ਜ਼ਿੰਮੇਵਾਰੀ ਆ ਹੁਣ ਮੇਰਾ ਮੁੰਡਾ ਹਲੇ 61 ਸਾਲ ਦਾ ਹੋ ਗਿਆ ਹੁਣ ਮੈਂ ਨਹੀਂ ਕਦੀ ਪੁੱਛਿਆ ਪਾਪਾ ਜੀ ਕੀ ਤੁਹਾਡੇ ਕੋ ਠੀਕ ਨਹੀਂ ਇੱਥੇ ਆ ਠੀਕ ਹੈ ਹੁਣ ਇੱਥੇ ਆ ਕੇ ਮਿਹਨਤ ਕੀਤੀ ਆਪਣਾ ਘਰ ਬਾਰ ਬਣਾਇਆ ਸਭ ਕੁਛ ਕੀਤਾ ਉਹਦਾ ਗਾ ਮੁੰਡਾ ਵੀ ਹੁਣ 34-35 ਸਾਲ ਦਾ ਹੋ ਗਿਆ ਉਹਦੇ ਬੱਚੇ ਵੀ ਹੋ ਗਏ ਉਹਨਾਂ ਨੇ ਕਦੀ ਸਾਨੂੰ ਪੁੱਛਿਆ ਇਹਨੂੰ ਪੁੱਛਣ ਦੀ ਲੋੜ ਹੈ ਆਪਣਾ ਕਰੇ ਬਹੁਤ ਵਧੀਆ ਥੈਂਕ ਯੂ ਗੱਲ ਤੇ ਉਹਨੂੰ ਥੈਂਕ ਯੂ ਸੋ ਮਚ ਗਿਆਨ ਸਿੰਘ ਜੀ ਕੁਇਕਲੀ ਹੋਰ ਕਾਲ ਲੈ ਲੈਣੀ ਹੈ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਬੋਲ ਰਹੇ ਹੋ 30 ਸੈਕਿੰਡ ਹੈ ਤੁਹਾਡੇ ਕੋਲ ਦੱਸੋ ਕੀ ਕਹਿੰਦੇ ਹੋ ਬਿਲਕੁਲ ਠੀਕ ਹੈ ਮੈਂ ਬਸ ਇਹੀ ਕਹਾਂਗੀ ਕਿ ਬੇਟੇ ਨੂੰ ਚਾਹੀਦਾ ਕਿ ਮਾਂ ਦਾ ਤੇ ਸਹਾਰਾ ਇਹੋ ਹੀ ਹੈ ਨਾ ਉਹਨਾਂ ਦਾ ਹੋ ਸਕਦਾ ਫਿਊਚਰ 'ਚ ਕੋਈ ਪਲਾਨ ਹੋਵੇ ਤੇ ਉਹਦੇ ਉੱਤੇ ਡਿਪੈਂਡ ਕਰਦੇ ਨੇ ਉਸ ਮਨੀ ਦੇ ਉੱਤੇ ਤੇ ਦੂਸਰੀ ਗੱਲ ਇਹ ਕਿ ਇਹਨੂੰ ਇੰਨਾ ਹੀ ਨਹੀਂ ਪਤਾ ਕਿ ਉਹਨਾਂ ਕੋਲ ਕਿੰਨੀ ਮਨੀ ਹੈ ਤੇ ਕਿੰਨੀ ਮਨੀ ਨਹੀਂ ਹੈ ਕਿਉਂਕਿ ਉਹਨਾਂ ਨੇ ਬੇਟੀ ਦੀ ਸ਼ਾਦੀ ਕੀਤੀ ਇਹਨਾਂ ਨੂੰ ਲਿਖਾਇਆ ਪੜ੍ਹਾਇਆ ਹੋ ਸਕਦਾ ਇਹਦਾ ਫਿਊਚਰ ਉਹ ਪਾਕਿਸਤਾਨ ਜਾਣ ਕੇ ਰਹਿਣਾ ਚਾਹੁੰਦੇ ਹੋਣ ਇਸ ਵਾਸਤੇ ਮੈਂ ਸਮਝਦੀ ਕਿ ਉਹਦੀ ਪਾਵਰ ਜਿਹੜੀ ਉਹਦੀ ਪਾਵਰ ਉਹਦੇ ਕੋਲ ਹੀ ਰਹਿਣ ਦੇਣ ਤੇ ਸਭ ਤੋਂ ਅੱਛੀ ਗੱਲ ਹੈ ਤੇ ਇਹਦੀ ਉਹਦੇ ਤੇ ਬਹੁਤ ਅਹਿਸਾਨ ਹੋਏਗਾ ਕਿਉਂਕਿ ਇਹਨੂੰ ਚਾਹੀਦਾ ਬੇਟੇ ਨੂੰ ਉਹਦਾ ਖਿਆਲ ਕਰਨਾ ਨਾ ਕਿ ਉਹਨੂੰ ਪੁੱਛਣਾ ਉਹਨੂੰ ਪੁੱਛਣ ਨਾਲ ਵੀ ਉਹਨਾਂ ਨੂੰ ਤਕਲੀਫ ਹੁੰਦੀ ਹੈ ਕਿ ਇਹ ਗੱਲ ਕਰਨੀ ਨਹੀਂ ਚਾਹੀਦੀ ਇਹਨਾਂ ਨੂੰ ਤੁਸੀਂ ਕੌਣ ਬੋਲ ਰਹੇ ਹੋ ਜੀ ਮੈਂ ਸਾਇਰਾ ਬੋਲ ਰਹੀ ਹਾਂ ਸਾਇਰਾ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ ਥੈਂਕ ਯੂ ਸੋ ਮਚ ਕਿ ਤੁਸੀਂ ਕਾਲ ਕੀਤੀ ਸਟੇ ਹੈਲਥੀ ਐਂਡ ਹੈਪੀ ਥੈਂਕ ਯੂ ਸੋ ਮਚ ਹਾਂਜੀ ਸਹੀ ਕਹਿੰਦੇ ਨੇ ਸਾਰੇ ਐਂਡ ਯੂ ਨੋ ਉਹੀ ਠੀਕ ਹੈ ਕਲਚਰ ਡਿਫਰੈਂਸ ਉਹ ਮੈਨੂੰ ਸਮਝਾਉਣ ਨੂੰ ਇਨਫੋਰਮ ਕਰਨ ਨੂੰ ਉਹਨੇ ਕਾਫੀ ਟਾਈਮ ਲਾਇਆ ਕਿ ਸਾਡੇ 'ਚ ਬੜੀ ਓਪਨਨੈਸ ਹੈ ਸਾਡੇ 'ਚ ਲੁਕਾਵ ਨਹੀਂ ਹੈਗਾ ਪੇਰੈਂਟਸ ਕਿਉਂ ਲੁਕਾਉਂਦੇ ਹੈ ਪੜ੍ਹਦਾ ਹੈ ਉਹਦੇ ਆਪਣੇ ਹੈ ਉਹ ਜੋ ਮਰਜ਼ੀ ਕਰੇ ਅਸੀਂ ਇਸ ਪਰਿਵਾਰ 'ਚ ਬੈਠ ਕੇ ਇਹ ਜਿਵੇਂ ਕਹਿੰਦੇ ਨਾ ਕੁਛ ਸਾਡੇ ਥੰਮ ਰੂਲਸ ਹੈ ਫਿਲੋਸਫੀ ਹੈ ਅਸੀਂ ਸਾਰੇ ਪੇਰੈਂਟਸ ਨੂੰ ਜੋ ਸੁਣਦੇ ਹਾਂ ਉਹਨਾਂ ਨੂੰ ਜ਼ਰੂਰ ਇਹੀ ਕਨਵੇ ਕਰਦੇ ਹਾਂ ਜਿਵੇਂ ਗਿਆਨ ਸਿੰਘ ਜੀ ਨੇ ਕਿਹਾ ਕਿ ਤੁਹਾਡਾ ਨਹੀਂ ਕੋਈ ਹੱਕ ਬਣਦਾ ਕਿ ਤੁਸੀਂ ਉਸ ਚੀਜ਼ 'ਤੇ ਆਸ ਰੱਖੋ ਜਿਸ ਬਿਜ਼ਨਸ ਕਰਨਾ ਚਾਹੁੰਦੇ ਹੋ ਹੋਰਾਂ ਨੇ ਵੀ ਕਿਹਾ ਆਪਣੀ ਕਮਾਈ ਕਰੋ ਜੋੜੋ ਉਹਦੇ ਨਾਲ ਬਿਜ਼ਨਸ ਕਰੋ ਜੋ ਆਈਡੀਆਜ਼ ਹੈ ਪਲਾਨਸ ਹੈ ਜਿਵੇਂ ਬਰਿੰਦਰ ਜੀ ਨੇ ਕਿਹਾ ਲੋਨ ਲੈਣ ਦੀ ਯੂ ਨੋ ਸਕੀਮ ਬਣਾਓ ਬਟ ਇਹ ਆਸ ਕਿ ਹਾਂ ਇਹ ਪਿਆ ਇਹ ਮੈਨੂੰ ਮਿਲ ਜੇ ਫਿਰ ਮੈਂ ਉਹ ਕਰਾਂ ਔਰ ਕਿਉਂ ਨਹੀਂ ਕਰ ਰਹੇ ਉਹਦੇ ਵਿੱਚ ਇੱਕ ਪ੍ਰੈਸ਼ਰ ਮਾਂ ਨੂੰ
क्योंकि बड़ा आसान है कि मां नूं किसी तरह नाल प्रेशर दे सकना, इमोशनली यू नो कर सकना, नहीं करो इंज। एंड पेरेंट्स नूं भी यही रिक्वेस्ट है कि इन्हां गल्लां दे विच ना आओ, वही अपने हाथ वड़ के ना दो। अखीर तक वही इन्हां जो इन्हां ने वर्ड यूज़ किया है सायरा जी ने कि पावर है तुहाडी, कीप इट विद यू, सारिआं नूं खुश रखो, पर इस चीज़ दी विच ना गल्लां जाओ। असीं सारिआं नूं यही कहांगे अज वास्ते इन्ना ही, जरूर कल कॉल करना और दस्यो कि केड़े तुहाडे पॉइंट्स, तुहाडा होमवर्क किस कित्थे तक गया। अज वास्ते इन्ना ही, सत श्री अकाल।